शरीर जो दींद है वो श्याम वर्ण माया है, जो अंदर आत्मा होता बुझण वाली चीज है वो तो दींदी भी नहीं है। जो दींदी नहीं है बुझण वाली चीज होती है। बुझण वाली किवें? कई बार जो आदमी मुर्दा डिकलेयर कर देते डॉक्टर, कल परसों की गल है उत्थे लुधियाने हो गया केस, गलती ना उन्होंने कहता बंदा मरिया होया है नहीं सी, लै गए उन्होंने चक के सब चिता चिता तैयार करती, वो कुदरती जद वह पर्दा चक्या अखा खुलिया उन्होंने सह चलता सी, वो हाथ पैर फुल गए कि हो गया वो इतो दिता सी पुलिस वाले ने हवलदार ने लुधियाने स्टेशन तो वंडा था उन्होंने खैर पहुँचाता हस्पताल पहुँचाता फिर बच गया वो हैगा। पर देखो ना पता तो लग्या ना आत्म जिउंदा है, साह तो पता लग्या, बॉडी देख के तो पता नहीं लग्या, बॉडी देख के तो पता नहीं लग्या, उदो बेहोश पिया सी किते हो तो रात नूं ठंडा बेहोश हो गया या कोई नशा नुशा खाता वो बेहोश हो गया, उन्हें देखा साह सूह नूं चलता दिखा नहीं, दिल धड़कता नहीं सी, उन्होंने कहा भी भाई ये मर गया। ਜਾਂ ਆਮ ਆਦਮੀ ਨੂੰ ਕੀ ਪਤਾ, ਜਦੋਂ ਡਾਕਟਰ ਚੈੱਕ ਕਰਦੇ ਕਈ ਵਾਰ ਡਾਕਟਰ ਵੀ ਗਲਤ ਚੈੱਕ ਕਰ ਦਿੰਦੇ ਨੇ, ਨਹੀਂ ਪਤਾ ਲੱਗਦਾ। ਤੇ ਜਿਹੜਾ ਬਾਹਰਲਾ ਰੂਪ ਹੈ ਤਾਂ ਸਿਆਮ ਬਣ ਨੇ ਰਿਹਾ ਨਾ, ਫਿਰ ਉਹ ਤਾਂ ਹਨੇਰੇ 'ਚ ਹੈ, ਆਪਾਂ ਹਨੇਰੇ ਸੀ ਨਾ, ਉਹਨੂੰ ਦੇਖ ਕੇ ਤਾਂ ਪਤਾ ਨਹੀਂ ਲੱਗਿਆ ਆਤਮਾ ਹੈ ਕਿ ਨਹੀਂ ਹੈ, ਆਤਮਾ ਬਾਰੇ ਤਾਂ ਨਹੀਂ ਪਤਾ ਲੱਗਿਆ ਸੀ ਸਰੀਰ ਦੇਖ ਕੇ। ਇਹ ਜਿਹੜਾ ਬਾਹਰਲਾ ਰੂਪ ਹੈ ਨਾ ਇਹਦਾ, ਆ ਜਿਹੜਾ ਬੋਲਦੇ ਆਪਾਂ ਮੂੰਹ ਨਾਲ ਗੁਰਮਤ ਦਾ, ਇਹ ਸਿਆਮ ਬਣਨਾ ਇਹ ਮਾਇਆ ਹੈ, ਇਸੇ ਨੇ ਹਨੇਰਾ ਕੀਤਾ ਹੋਇਆ। ਜਿਹੜੇ ਬਾਹਰਲੇ ਅਰਥ ਵਿਦਵਾਨ ਬਾਹਰਲੇ ਹੀ ਅਰਥ ਕਰਦੇ ਨੇ, ਲਫਜ਼ਾਂ ਮਗਰ ਜਾਂਦੇ ਨੇ ਸ਼ਬਦਾਂ ਮਗਰ, ਵਿਦਿਆ ਸੋਧੀ ਨਹੀਂ ਹੈ, ਵਿਦਿਆ ਸੋਧੇ ਤੱਤ ਲਏ ਤਾਂ ਹੀ ਕਿਹਾ, ਇਹ ਵਿਦਿਆ ਪੜ੍ਹਦੇ ਨੇ ਸੋਧਦੇ ਨਹੀਂ ਹੁਣ, ਜਾਂ ਵਿਦਿਆ ਸੋਧਾਂਗੇ ਤਾਂ ਉਹ ਸਿਆਮ ਤੇ ਦੂਹਾ ਵਰਣ ਬਣ ਜਾਣਾ, ਫਿਰ ਇਹਦਾ ਵਰਣ ਬਦਲ ਜਾਣਾ, ਬਾਹਲਾ ਕੀ ਹੋ ਜਾਣਾ, ਬਾਹਲਾ ਸੁਹਾ, ਬਾਹਲੀ ਵਿਦਿਆ ਸੁਹਾ ਬਣ ਜੂ, ਫਿਰ ਇਹ ਬਾਹਰਲੇ ਅਰਥ ਸੁਹਾ, ਬਾਹਰਲੇ ਅਰਥ ਸੁਹਾ, ਸਾਰੇ ਬਾਹਰਲੇ ਅਰਥ ਸੁਹਾ ਹੋ ਜਾਣਗੇ, ਸਭ ਖਤਮ, ਤਾਂ ਹੱਥ ਆਊਗੀ ਗੱਲ। ਨਮੋ ਅੰਜਨੀ ਗੰਜਨੀ ਦੈਂਤ ਦਰਨੀ, ਨਮੋ ਅੰਜਨੀ, ਅੰਜਨੀ ਹੈ ਸੁਰਮਾ ਪਾਉਣ ਵਾਲੀ, ਸੁਰਮਾ ਰੂਪ ਹੈ ਤੂੰ ਅੱਖਾਂ ਚ, ਗਿਆਨ ਹੈ ਤੂੰ, ਗੰਜਨੀ, ਗੰਜਨੀ ਹੁੰਦਾ ਹੈ ਭੰਨ ਦੇਣਾ ਤੋੜ ਦੇਣਾ ਨਸ਼ਟ ਕਰ ਦੇਣਾ, ਦੈਂਤ ਦਰਨੀ ਦੈਂਤਾਂ ਨੂੰ ਵਿਕਾਰਾਂ ਨੂੰ, ਵਿਕਾਰਾਂ ਵਾਸਤੇ ਗੰਜਨ ਗੰਜਨੀ ਹੈ, ਗਰਭ ਵਾਸਤੇ ਗੰਜਨੀ ਹੈ, ਗਰਭ ਗੰਜਨੀ, ਗਰਭ ਗੰਜਨੀ। ਨਮੋ ਅਰਧ ਚੰਦਰਾਇਣੀ ਚੰਦਰੰ ਚੂੜੰ, ਨਮੋ ਅਰਧ ਚੰਦਰਾਇਣੀ, ਅਰਧ ਚੰਦਰਾਇਣੀ ਇਹ ਹੁੰਦਾ ਹੈ ਵੀ ਜਿਹੜਾ ਆਦਮੀ ਦੇਖਦਾ ਨਾ ਹੁਣ ਅੱਗੋਂ ਹੈ ਤਾਂ ਤੂੰ ਚੰਦਰਮਾ, ਪਰ ਚੰਦਰਮਾ ਅੱਧਾ ਹੀ ਦੀਂਦਾ ਹੁੰਦਾ, ਪਿੱਠ ਪਿੱਛੇ ਨਾ ਦੀਂਦਾ, ਜੋ ਚੀਜ਼ ਆਪਾਂ ਸਾਹਮਣੇ ਦੇਖਾਂਗੇ ਅੱਧੀ ਦਿਖੂਗੀ, ਉਹ ਪਿੱਠ ਪਿੱਠਾ ਪਿਛਲਾ ਪਾਸਾ ਤਾਂ ਦੀਂਦਾ ਨਹੀਂ, ਜੇ ਪਿੱਛੇ ਪਾਸੇ ਜਾ ਕੇ ਦੇਖਾਂਗੇ ਤਾਂ ਵੀ ਅੱਧਾ ਹੀ ਦਿਖੂ, ਜਿੱਧਰ ਨੂੰ ਮਰਜ਼ੀ ਘੁੰਮ ਲਓ ਅੱਧੀ ਉਹ ਦਿਖੂ ਚੀਜ਼ ਗੋਲ ਹੈ ਜਿਹੜੀ, ਦੂਜਾ ਪਾਸਾ ਕਮਿੰਦੀ ਜੂਗਾ, ਇਸ ਕਰਕੇ ਅੱਧ ਚ ਅਰਧ ਚੰਦਰਾਇਣੀ ਕਿਹਾ। ਚੰਦਰਮਾ ਸਾਨੂੰ ਐ ਚਪਟਾ ਜਾ ਦੀਂਦਾ ਜਾਂ ਦੇਖਦੇ ਦੀਂਦਾ ਨਾ, ਉਹ ਤਾਂ ਗੋਲ ਹੈ ਪਰ ਸਾਰਾ ਪਾਸਾ ਨਹੀਂ ਦਿਖ ਸਕਦਾ ਗੋਲਾਈ ਦਾ, ਅਰਧ ਚੰਦਰਾਇਣੀ, ਅਰਧ ਚੰਦਰਾਇਣੀ ਦਾ ਮਤਲਬ ਨਹੀਂ ਅੱਧਾ ਤੇਰਾ ਕਾਲਾ ਰੂਪ ਅੱਧਾ ਚਿੱਟਾ ਹੈ, ਅਰਧ ਚੰਦਰਾਇਣੀ ਇਸ ਰੂਪ ਚ ਕਹਿ ਸਕਦੇ ਹਾਂ ਜਿਹੜਾ ਤੇਰਾ ਪੱਖ ਸਾਹਮਣੇ ਨਹੀਂ ਹੈ, ਹਿੱਸਾ ਸਾਹਮਣੇ ਨਹੀਂ, ਉਹ ਸਾਡੇ ਤੋਂ ਛੁਪਿਆ ਹੋਇਆ ਹੈ, ਉਹਦੇ ਵਾਸਤੇ ਸਾਨੂੰ ਹਨੇਰਾ, ਜਿਹੜਾ ਤੇਰਾ ਰੂਪ ਸਾਡੀਆਂ ਅੱਖਾਂ ਦੇ ਸਾਹਮਣੇ ਹੈ, ਵਿਦਿਆ ਵਾਲਾ ਰੂਪ ਅੱਖਾਂ ਦੇ ਸਾਹਮਣੇ ਹੈ, ਇਹਦੇ ਅਰਥ ਤਾਂ ਸਾਨੂੰ ਸਮਝ ਆਉਂਦੇ ਨੇ, ਜਿਹੜਾ ਵਿੱਚ ਤੱਤ ਹੈ ਉਹ ਕਿਉਂਕਿ ਪਿੱਛੇ ਛੁਪਿਆ ਹੋਇਆ ਉਹ ਨਹੀਂ ਨਜ਼ਰ ਆਉਂਦਾ, ਵਿਦਿਆ ਵਾਲੇ ਅਰਥ ਤਾਂ ਸਾਰੇ ਸਮਝ ਲੈਂਦੇ ਨੇ, ਸਗਲ ਬਨਸਪਤੀ ਮੈਂ ਬੈਸੰਤਰ ਸਗਲ ਦੁੱਧ ਮੈਂ ਕੀਆ, ਇਹ ਗੱਲ ਤਾਂ ਸਾਰਿਆਂ ਨੇ ਸਮਝ ਲਈ,
ਬੂਰੇ ਆ ਨਾ ਇਹ ਸਾਹਮਣੇ ਵੀ ਸਾਰੇ ਲੱਕੜੀ ਚ ਸਾਰੀ ਜਿਹਦੀ ਬਨਸਪਤੀ ਆ ਉਹ ਚੱਗ ਹੁੰਦੀ ਹੈ ਭਾਈ ਪ੍ਰੈਕਟੀਕਲ ਵੀ ਆਪਾਂ ਨੇ ਸਾਹਮਣੇ ਲੱਕੜ ਆਪਾਂ ਨੂੰ ਪਤਾ ਸਾਰੇ ਦੁੱਧਾਂ 'ਚ ਕਿਉਂ ਹੁੰਦਾ ਆ ਜਿਹੜੀ ਗਾਹਾਂ ਦੀ ਗੱਲ ਸੀ ਉਹ ਪਿੱਠ ਪਿੱਛੇ ਇਹ ਸਾਹਮਣੇ ਤੈਸੇ ਹੀ ਯਾਰ ਬਸੇ ਨਿਰੰਤਰ ਕੱਟ ਕੱਟੀ ਹੋ ਜੂ ਨਹੀਂ ਕੱਟ ਰੰਡ ਮਾਧੋ ਜੀ ਹਾਂ ਉੱਚ ਨੀ ਜਿਵੇਂ ਇੱਕ ਸਮਾਨਾ ਕੱਟ ਰੰਡ ਮਾਧੋ ਜੀ ਉੱਚ ਹੋਵੇ ਜਾਤੀ ਦਾ ਕੋਈ ਨੀਚ ਹੋਵੇ ਇੱਕ ਸਮਾਨ ਹੈ ਸਾਰਿਆਂ 'ਚ ਹਿਰਦੇ ਵਿੱਚ ਉਹ ਮਾਧੋ ਹੈ ਉਹ ਮਾਧੋ ਨਹੀਂ ਦਿਖਿਆ ਹੁਣ ਉਹਦਾ ਨਹੀਂ ਪਤਾ ਲੱਗਿਆ ਅੱਧੇ ਅਰਥਾਂ ਦਾ ਪਤਾ ਲੱਗਿਆ ਅੱਧਿਆਂ ਦਾ ਪਤਾ ਹੀ ਨਹੀਂ ਲੱਗਿਆ ਗੁਰਮਤ ਅਰਧ ਚੰਦਰਾਣੀ ਉਹ ਰੀਧੀ ਦਾ ਹਿੱਸਾ ਜਿਹੜਾ ਅੱਖਾਂ ਤੋਂ ਪਰੇ ਹੈ ਇਹ ਅੱਖਾਂ ਤੋਂ ਪਰੇ ਹੈ ਉਹ ਦੂਜੀ ਅੱਖ ਨਾ ਦੇਖਣਾ ਉਹ ਘਾਟੀ ਖੋਜੋ ਭਾਈ ਹੈ ਉਹ ਅੱਖ ਦੂਜੀ ਨਾ ਦੇਖਣਾ ਨਾ ਜਿਹੜੀ ਤੀਜੀ ਇਹਨਾਂ ਅੱਖਾਂ ਦੇ ਬਿਨਾਂ ਸੇ ਅੱਖੜੀਆਂ ਨਾਨਕ ਸੇ ਅੱਖੜੀਆਂ ਬਿਆਨ ਉਹ ਪਿੱਛੇ ਦੀ ਜਾ ਕੇ ਦੇਖਣੀ ਅੱਖ ਉਹ ਤਾਂ ਦਿਖੂਗਾ ਜਿਹਨਾਂ ਦੱਸਣ ਦੋ ਮਾਂ ਫਿਰੀ ਇਹਨਾਂ ਨਾਲ ਅੱਧਾ ਹਿੱਸਾ ਦਿੰਦਾ ਇਹਨਾਂ ਅੱਖਾਂ ਨਾਲ ਜਿੰਨਾ ਚਿਰ ਦੂਜੀਆਂ ਅੱਖਾਂ ਨਹੀਂ ਮਿਲਦੀਆਂ ਅਗਲਾ ਕਹਾਣੀ ਅਰਧ ਚੰਦਰਾਇਣੀ ਤਾਂ ਕਹਿੰਦੇ ਨੇ ਚੰਦਰ ਚੂੜਮ ਚੰਦਰ ਚੂੜਮ ਚੰਦਰਮਾ ਤਾਂ ਤੇ ਸਮਝੋ ਹੱਥ ਦੇ ਵਿੱਚ ਚੂੜੀ ਪਾਈ ਹੁੰਦੀ ਹੈ ਨਾ ਜਿਵੇਂ ਚੂੜਾ ਚੂੜੀ ਪਾਈ ਹੁੰਦੀ ਹੈ ਚੂੜਾ ਚੰਦਰਮੇ ਤਾਂ ਪਤਾ ਨਹੀਂ ਕਿੰਨੇ ਕਿੰਨੇ ਤੇਰੇ ਚੂੜੇ 'ਚ ਪਾਏ ਹੋਏ ਇਹ ਜਿਹੇ ਚੰਦਰਮੇ ਤਾਂ ਜਿਹੜੇ ਬਾਹਰਲੇ ਚੰਦਰਮੇ ਤਾਂ ਤੇਰੇ ਚੂੜੇ 'ਚ ਪਤਾ ਨਹੀਂ ਕਿੰਨੇ ਕੁ ਸਜਾਏ ਹੋਏ ਨੇ ਬਾਹਰਲੇ ਚੰਦਰਮੇ ਦੀ ਗੱਲ ਕਰਦੇ ਕਿੰਨੇ ਚੰਦਰਮੇ ਨੇ ਕਿਤੇ ਇੰਦ ਚੰਦ ਸੂਰ ਕਿਤੇ ਕਰਦੇ ਇਹ ਤਾਂ ਤੇਰੇ ਚੂੜੇ 'ਚ ਨੇ ਸਜੇ ਹੋਏ ਸਾਰਾ ਤੇਰਾ ਚੂੜਾ ਹੀ ਹੈ ਤੇਰਾ ਸਰੀਰ ਹੈ ਸਰੀਰ ਕਿਵੇਂ ਬੇਸੋ ਸੰਸਾਰ 'ਚ ਜੇ ਤੂੰ ਦੇਖਦਾ ਹਲਕਾ ਰੂਪ ਹੈ ਇਹ ਤੇਰਾ ਹੀ ਤਾਂ ਰੂਪ ਹੈ ਤੇਰੇ ਚੂੜੇ 'ਚ ਨੇ ਚੰਦਰਮੇ ਸਜੇ ਹੋਏ ਸਾਰੇ ਜਿੱਧਰੋਂ ਤੇਰੀ ਬਾਂਹ ਚੱਲਦੀ ਹੈ ਨਾਲੇ ਚੱਲਦੇ ਨੇ ਜਿੱਧਰੋਂ ਤੇਰਾ ਇਸ਼ਾਰਾ ਚੱਲਦਾ ਨਾਲੇ ਚੱਲਦੇ ਨੇ ਤੇਰੀ ਮਰਜ਼ੀ ਨਾਲ ਚੱਲਦੇ ਨੇ ਨਮੋ ਇੰਦਰ ਊਰਦਾ ਨਮੋ ਦਾੜ ਗੂੜਨ ਨਮੋ ਇੰਦਰ ਊਰਦਾ ਇੰਦਰ ਰਾਜਾ ਹੈ ਰਾਜੇ ਨੂੰ ਕੌਣ ਕਹੇ ਵੀ ਐਨ ਕਰਨਾ ਮਨ ਨੂੰ ਕੌਣ ਸਮਝਾਵੇ ਮਨ ਇੰਦਰ ਰਾਜਾ ਊੜਦਾ ਇੰਦਰੀਆਂ ਜਿਹੜੀਆਂ ਨੇ ਨਾ ਇੰਦਰੀਆਂ ਸਾਡੀਆਂ ਇਹਨਾਂ ਤੇ ਰਾਜ ਕਰਦਾ ਇੰਦਰ ਤਾਂ ਕਹਿੰਦੇ ਨੇ ਇਹਨੂੰ ਅੰਦਰ ਇੰਦਰੀਆਂ ਨਹੀਂ ਹਨ ਇਹਨਾਂ ਦਾ ਰਾਜਾ ਇਹ ਸਰੀਰ ਤੇ ਇਹਦਾ ਰਾਜ ਹੈ ਇੰਦਰ ਹੈ ਤੇ ਇਹਨੂੰ ਮੋੜ ਦੇਣਾ ਬੜਾ ਔਖਾ ਹੈ ਰਾਜਾ ਇਹਨੂੰ ਪੁੱਠਾ ਮੋੜ ਲੈਣਾ ਨਾ ਬਸ ਤੂੰ ਇਹਨੂੰ ਵੀ ਉਲਟੇ ਪਾਸੇ ਲਾ ਦਿੰਦੀ ਹੈ ਨਮੋ ਇੰਦਰ ਊਰਦਾ ਪੁੱਠਾ ਮੋੜ ਦੇਣੀ ਇਹਨੂੰ ਪਰ ਮੁੜਦਾ ਕਾਹਦਾ ਨਮੋ ਦਾੜ ਗੂੜੰ ਮੁੜਦਾ ਕਾਹਦਾ ਇੰਦਰ ਮੁੜਦਾ ਜਦੋਂ ਇਹਨੂੰ ਰਾਖਸ਼ ਕੁੱਟ ਕੇ ਦੁਖੀ ਕਰਦੇ ਨੇ ਐਵੇਂ ਨਹੀਂ ਮੁੜਦਾ ਇਹ ਜਾਂ ਹਾਰ ਖਾ ਜਾਂਦਾ ਨਾ ਵਿਕਾਰਾਂ ਤੋਂ ਦੁਖੀ ਹੋ ਜਾਂਦਾ ਹੈ ਫਿਰ ਇਹ ਆਉਂਦਾ ਤੇਰੇ ਕੋਲ ਫਿਰ ਕਹਿੰਦਾ ਵੀ ਹੁਣ ਤੂੰ ਮਦਦ ਕਰ ਫਿਰ ਤੈਨੂੰ ਡੋਲਦਾ ਜਾ ਕੇ ਕੈਲਾਸ਼ ਪਰਬਤ ਤੇ ਫਿਰ ਕਬੀਰ ਨੇ ਵੀ ਡੋਲਿਆ ਗੁਰੂ ਅਮਰਦਾਸ ਵੀ ਟੋਲਦੇ ਫਿਰਦੇ ਸੀ ਆਪਣੇ ਹਾਲ ਦੀ ਹਾਂ ਫਿਰ ਆਪਣੇ ਹਾਲ ਦੀ ਬਿਰਥਾ ਸੁਣਾਉਂਦੇ ਨੇ ਵੀ ਹੁਣ ਬਹੁਤ ਥੋੜਾ ਜਿਹਾ ਟਾਈਮ ਰਹਿ ਗਿਆ ਤੂੰ ਹੁਣ ਦਰਸ਼ਨ ਦੇ ਕਿਤੋਂ ਪਤਾ ਲੱਗੇ ਸਾਨੂੰ ਗੱਲ ਕੀ ਅਸਲੀਅਤ ਫਿਰ ਟੋਲਦਾ ਫਿਰਦਾ ਟੋਲਦੇ ਤਾਂ ਇੱਥੇ ਹੀ ਹੁੰਦੇ ਨੇ ਉਹ ਤਾਂ ਇੱਕ ਗੱਲ ਬਣਾਈ ਹੋਈ ਹੈ ਕੈਲਾਸ਼ ਪਰਬਤ ਹੈ ਦਿਮਾਗ ਚੋਂ ਜਾ ਕੇ ਡੋਲਦੇ ਨੇ ਜਿਹੜੀ ਚੀਜ਼ ਨਹੀਂ ਲੱਭਦੀ ਆਪਾਂ ਦਿਮਾਗ ਦੇ ਘੋੜੇ ਦੜਾਉਂਦੇ ਹੋਰ ਕੀ ਕਰਦੇ ਜਿਹੜੀ ਚੀਜ਼ ਮਿਲਦੀ ਨਹੀਂ